ਰਾਜਵੀਰ ਸਿੰਘ ਡਾਂਸ ਤੁਸੀਂ ਬਹੁਤ ਲਾਜਵਾਬ ਕਰਦੇ ਹੋ ਕਿੱਥੋਂ ਸਿੱਖਿਆ ਸ਼ੁਭੀ ਸਰ ਤੋਂ ਅੱਛਾ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਸਟਾਰ ਬਣ ਗਏ ਕਿੰਨਾ ਕੁ ਚੰਗਾ ਲੱਗਦਾ ਬਹੁਤ ਵਧੀਆ ਲੱਗਦਾ ਹੈ ਲੋਕੀ ਮੈਨੂੰ ਦੇਖਦੇ ਆ ਮੈਂ ਵੀ ਕਮੈਂਟ ਪੜ੍ਹਦਾ ਬਹੁਤ ਅੱਛੇ ਅੱਛੇ ਆਉਂਦੇ ਆ ਅੱਜ ਤੇ ਕਿੰਨੀਆਂ ਟਰਾਫੀਆਂ ਜਿੱਤ ਲਈਆਂ ਬਹੁਤ ਸਾਰੀ ਮੈਂ ਵੱਡੇ ਹੋ ਕੇ ਪਾਪਾ ਮੰਮਾ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਤੇ ਸਭ ਤੋਂ ਵੱਡੀ ਟਰਾਫੀ ਲੈਣਾ ਚਾਹੁੰਦਾ ਤੁਹਾਡਾ ਬੱਚਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਡਾਂਸ ਕਰਦੇ ਹੋਏ ਤੇ ਕੀ ਕਹੋਗੇ ਜੀ ਪਹਿਲੀ ਗੱਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਬੱਚੇ ਨੂੰ ਸਪੋਰਟ ਕਰ ਰਹੇ ਬੱਚੇ ਦੇ ਰੀਅਲ ਟੈਲੈਂਟ ਨੂੰ ਸਪੋਰਟ ਕਰ ਰਹੇ ਤੇ ਇਹਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਕਿਵੇਂ ਦਾ ਮਹਿਸੂਸ ਹੁੰਦਾ ਵੀ ਜੀ ਸੱਚ ਪੁੱਛੀਏ ਤਾਂ ਪਹਿਲਾਂ ਮੈਂ ਇਸ ਡਾਂਸਿੰਗ ਲਾਈਨ ਦੇ ਖਿਲਾਫ ਸੀਗਾ ਬਟ ਬੱਚੇ ਦਾ ਮਿਹਨਤ ਦੇਖ ਕੇ ਬੱਚੇ ਦਾ ਗਰੂਪ ਬੱਚੇ ਦਾ ਟੈਲੈਂਟ ਦੇਖ ਕੇ ਮੈਂ ਇਹਦੀ ਮਿਹਨਤ ਦੇਖ ਕੇ ਇਹਦੇ ਨਾਲ ਆਪ ਤੁਰਨ ਨੂੰ ਮਜਬੂਰ ਹੋ ਗਿਆ ਅਤੇ ਅੱਜ ਦੀ ਡੇਟ ਮੇਰੀ ਫੁੱਲ ਸਪੋਰਟ ਰਹਿੰਦੀ ਹੈ ਅਤੇ ਬੱਚਾ ਜਿੱਥੇ ਵੀ ਜਾਂਦਾ ਜਿੰਨਾ ਵੀ ਟਾਈਮ ਸਪੈਂਡ ਇਹਦੇ ਵਾਸਤੇ ਕਰਨਾ ਪੈਂਦਾ ਉਹ ਮੈਂ ਇਹਦੇ ਲਈ ਟਾਈਮ ਦਿੰਦਾ ਵਾਂ ਪਤਾ ਕਿਵੇਂ ਲੱਗਿਆ ਕਿ ਸਾਡਾ ਜਿਹੜਾ ਬੱਚਾ ਇਹਦਾ ਮਨ ਜਿਹੜਾ ਡਾਂਸ ਵੱਲ ਹੈ ਜੀ ਇਹ ਬਚਪਨ ਤੋਂ ਹੀ ਜਿਵੇਂ ਕਿ 2-3 ਸਾਲ ਦਾ ਸੀ ਇਹਦੇ ਐਕਸਪ੍ਰੈਸ਼ਨ ਮੂਵਮੈਂਟਸ ਦੇਖ ਕੇ ਨਾ ਵੀ ਪਤਾ ਲੱਗਦਾ ਸੀ ਵੀ ਇਹ ਅੱਗੋਂ ਡਾਂਸਰ ਹੀ ਬਣੇਗਾ ਇਹਦੇ ਮੂਵਮੈਂਟ ਅੱਛੇ ਸੀ ਯਾਨੀ ਕਿ ਡਾਂਸ ਅੱਛਾ ਕਰਦਾ ਸੀ ਉਸਤਾਦ ਨੂੰ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਮੈਨੂੰ ਦੇਖ ਕੇ ਕਿ ਮੇਰਾ ਸਟੂਡੈਂਟ ਇੰਨਾ ਅੱਗੇ ਜਾ ਰਿਹਾ ਬਾਕੀ ਬਾਬਾ ਜੀ ਦੀ ਮਿਹਰ ਆ ਮਿਹਨਤ ਬਹੁਤ ਕਰਦਾ ਮੁੰਡਾ ਇਹ ਵੀ ਅਸੀਂ ਵੀ ਕਰਦੇ ਪਏ ਮਿਹਨਤ ਉਹਦੇ ਪੇਰੈਂਟਸ ਕਰਦੇ ਪਏ ਮਿਹਨਤ ਸਾਰੇ ਕਰਦੇ ਪਏ ਆ ਅਤੇ ਵਧੀਆ ਗਰੋ ਕਰ ਲਿਆ ਰੱਬ ਤਰੱਕੀ ਕਰਦਾ ਪਿਆ ਉਹਨੂੰ ਸਤਿ ਸ਼੍ਰੀ ਅਕਾਲ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਲ ਦੋਸਤੋ ਅੱਜ ਤੁਹਾਨੂੰ ਇੱਕ ਬੱਚੇ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹਨੇ ਸੋਸ਼ਲ ਮੀਡੀਆ 'ਤੇ ਪੂਰੀਆਂ ਧੁੰਮਾਂ ਪਾਈਆਂ ਹੋਈਆਂ ਨੇ ਸੋਸ਼ਲ ਮੀਡੀਆ 'ਤੇ ਰਾਤੋ ਰਾਤ ਸਟਾਰ ਬਣਿਆ ਇੱਕ ਛੋਟਾ ਜਿਹਾ ਬੱਚਾ ਸਰਦਾਰ ਸਾਹਿਬ ਮਿੰਨੀ ਸਰਦਾਰ ਸਾਹਿਬ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਮਿੰਨੀ ਸਰਦਾਰ ਸਾਹਿਬ ਦੇ ਨਾਲ ਤੁਹਾਡੀ ਮੁਲਾਕਾਤ ਅੱਜ ਕਰਵਾਉਣੀ ਹੈ ਉਹਦਾ ਡਾਂਸ ਦੇਖ ਕੇ ਤੁਸੀਂ ਵੀ ਇੱਕ ਵਾਰ ਜ਼ਰੂਰ ਉਹਦੇ ਮਰੀਦ ਹੋ ਜਾਵੋਗੇ ਕਾਇਲ ਹੋ ਜਾਵੋਗੇ ਤੁਸੀਂ ਕਿ ਇੱਕ ਛੋਟਾ ਜਿਹਾ ਬੱਚਾ ਮਿੰਨੀ ਸਰਦਾਰ ਸਾਹਿਬ ਇਸ ਤਰੀਕੇ ਨਾਲ ਡਾਂਸ ਕਰਦੇ ਹੈ ਪੂਰੀ ਦੁਨੀਆ ਉਹਨਾਂ ਨੇ ਕੀਲ ਲਈ ਹੈ ਡਾਂਸ ਦੇ ਨਾਲ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ 'ਤੇ ਇੱਕ ਛੋਟੇ ਜਿਹੇ ਬੱਚੇ ਦੀਆਂ ਜੋ ਕਿ ਡਾਂਸ ਕਰਦਾ ਕਿਆ ਬਾਤ ਸੋਸ਼ਲ ਮੀਡੀਆ 'ਤੇ ਜਿਹੜੀਆਂ ਧੁੰਮਾਂ ਇਹ ਸਰਦਾਰ ਸਾਹਿਬ ਨੇ ਪਾਈਆਂ ਹੋਈਆਂ ਅਤੇ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਅਤੇ ਮਿਲਾਉਣੇ ਹਾਂ ਤੁਹਾਨੂੰ ਮਿੰਨੀ ਸਰਦਾਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਰਾਜਵੀਰ ਸਿੰਘ ਰਾਜਵੀਰ ਸਿੰਘ ਡਾਂਸ ਤੁਸੀਂ ਬਹੁਤ ਲਾਜਵਾਬ ਕਰਦੇ ਹੋ ਕਿੱਥੋਂ ਸਿੱਖਿਆ ਸ਼ੁਭੀ ਸਰ ਤੋਂ ਕਿੰਨਾ ਟਾਈਮ ਹੋ ਗਿਆ ਡਾਂਸ ਕਰਦੇ ਹੋ 2 ਸਾਲ ਹੋ ਗਏ ਕਿਸੇ ਨੇ ਕਿਹਾ ਸੀ ਵੀ ਤੁਸੀਂ ਡਾਂਸ ਜਿਹੜੀ ਡਾਂਸ ਕਲਾਸ ਤੁਸੀਂ ਸ਼ੁਰੂ ਕਰੋ ਕਿ ਤੁਸੀਂ ਆਪਣੀ ਤੁਹਾਡੀ ਮਨ ਦੀ ਇੱਛਾ ਸੀਗੀ ਕਿ ਮੈਂ ਜੇ ਡਾਂਸ ਕਰਨਾ ਨਹੀਂ ਮੇਰੀ ਮਨ ਦੀ ਇੱਛਾ ਸੀ ਅੱਛਾ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਸਟਾਰ ਬਣ ਗਏ ਕਿੰਨਾ ਕੁ ਚੰਗਾ ਲੱਗਦਾ ਬਹੁਤ ਵਧੀਆ ਲੱਗਦਾ ਹੈ ਲੋਕੀ ਮੈਨੂੰ ਦੇਖਦੇ ਆ ਮੈਂ ਵੀ ਕਮੈਂਟ ਪੜ੍ਹਦਾ ਬਹੁਤ ਅੱਛੇ ਅੱਛੇ ਆਉਂਦੇ ਆ ਬਹੁਤ ਅੱਛੇ ਅੱਛੇ ਕਮੈਂਟ ਆਉਂਦੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਮੇਰੀ ਹੋਰ ਵੀਡੀਓ ਅੱਗੇ ਲੈ ਕੇ ਜਾਣ ਸ਼ੇਅਰ ਕਰਨ ਤੇ ਸਬਸਕ੍ਰਾਈਬ ਵੀ ਕਰਾਂ ਅੱਛਾ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ ਮੈਂ ਡਾਂਸਰ ਡਾਂਸਰ ਬਣਨਾ ਹਾਂਜੀ ਅੱਛਾ ਮੰਮੀ ਪਾਪਾ ਕਿਵੇਂ ਦਿਨੇ ਜੋ ਤੁਸੀਂ ਡਾਂਸ ਕਰਦੇ ਹੋ ਕੀ ਕੁਝ ਮੰਮੀ ਰੇਡੀ ਤੋਂ ਲਈ ਸਪੈਸ਼ਲ ਕਰਦੇ ਆ ਉਹ ਇੱਕ ਇੱਧਰ ਦੀ ਦੂਸਰੀ ਜਗ੍ਹਾ ਟਰੈਵਲ ਬਹੁਤ ਕਰਦੇ ਆ ਮੇਰੇ ਲਈ ਤੇ ਉਹ ਕੰਪੀਟੀਸ਼ਨ ਵਿੱਚ ਹਾਈਪ ਵੀ ਦਿੰਦੇ ਆ ਤੇ ਅੱਜ ਤੱਕ ਜਿੰਨੇ ਤੁਸੀਂ ਕੰਪੀਟੀਸ਼ਨ ਦੇ ਵਿੱਚ ਗਏ ਹੋ ਕਿੰਨੇ ਜਿੱਤ ਕੇ ਆਏ ਹੋ ਬਹੁਤ ਜ਼ਿਆਦਾ ਜਿੱਤ ਲਿਆ ਹੁਣ ਮੈਂ ਵੱਡੀ ਟਰੋਫੀ ਲੈ ਕੇ ਆਉਣੀ ਹੈ ਮੈਂ ਵੱਡੇ ਹੋ ਕੇ ਆਪਣੇ ਪਾਪਾ ਮੰਮਾ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਸਵੇਰੇ ਕਿੰਨੇ ਵਜੇ ਤੁਸੀਂ ਉੱਠ ਖੜਦੇ ਹੋ ਤੇ ਫਿਰ ਜਿਹੜਾ ਦਿਨ ਦਾ ਰੂਟੀਨ ਹੈ ਕਿਸ ਤਰੀਕੇ ਦਾ ਹੁੰਦਾ ਕਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ ਮੈਂ ਰੋਜ਼ ਦਾ 2 ਘੰਟੇ ਪ੍ਰੈਕਟਿਸ ਕਰ ਲੈਂਦਾ ਸਵੇਰੇ ਕਿੰਨੇ ਵਜੇ ਉੱਠਦੇ ਹੋ ਮੈਂ 6 ਵਜੇ ਉੱਠ ਜਾਂਦਾ ਤੇ ਪੜ੍ਹਾਈ ਫਿਰ ਕਿਹੜੀ ਕਲਾਸ ਤੁਸੀਂ ਕਰ ਰਹੇ ਹੋ 3rd ਤੇ ਪੜ੍ਹਾਈ 'ਚ ਮਨ ਲੱਗ ਜਾਂਦਾ ਕਿ ਇਹ ਹੁੰਦਾ ਵੀ ਡਾਂਸ ਵੱਲ ਜਾਣਾ ਮੈਂ ਡਾਂਸ ਹੀ ਕਰਨਾ ਆਉਂਦਾ ਮੈਂ ਡਾਂਸ ਜਾਣਾ ਪੜ੍ਹਾਈ ਵੀ ਕਰਨੀ ਹੈ ਪਰ ਡਾਂਸ ਵੀ ਓਨਾ ਹੀ ਕਰਨਾ ਅਤੇ ਪੜ੍ਹਾਈ ਵੀ ਓਨਾ ਕਰਨੀ ਹੈ ਬੈਲੈਂਸ ਕਰਨਾ
ਦੋਨੇ ਚੀਜ਼ਾਂ ਬੈਲੈਂਸ ਬੜੀ ਚੰਗੀ ਸੋਚ ਹੈ, ਪੜ੍ਹਾਈ ਵੀ ਬੈਲੈਂਸ ਕਰਨੀ ਹੈ ਅਤੇ ਡਾਂਸ ਜਿਹੜਾ ਕਰਦੇ ਹੋ ਡਾਂਸ ਵਾਲੀ ਕਲਾਸਿਸ ਵੀ ਮਤਲਬ ਬੈਲੈਂਸ ਕਰਨੀ ਹੈ, ਦੋਨੇ ਚੀਜ਼ਾਂ ਨੂੰ ਬੈਲੈਂਸ ਕਰਕੇ ਚੱਲਣਾ। ਹਾਂਜੀ। ਅੱਜ ਤੱਕ ਕਿੰਨੀਆਂ ਟਰੋਫੀਆਂ ਜਿੱਤ ਲਈਆਂ? ਬਹੁਤ ਸਾਰੀ। ਮੈਂ ਵੱਡੇ ਹੋ ਕੇ ਪਾਪਾ ਮੰਮਾ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਅਤੇ ਸਭ ਤੋਂ ਵੱਡੀ ਟਰੋਫੀ ਲੈਣਾ ਚਾਹੁੰਦਾ। ਸੋ ਇਹ ਹੈ ਜੀ ਛੋਟਾ ਮਿੰਨੀ ਸਰਦਾਰ ਸਾਹਿਬ, ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਜਿਨ੍ਹਾਂ ਨੇ ਧੁੰਮਾਂ ਪਾਈਆਂ ਹੋਈਆਂ, ਸੋਸ਼ਲ ਮੀਡੀਆ ਦੇ ਉੱਪਰ ਪੂਰੇ ਛਾਏ ਹੋਏ ਨੇ, ਜਿਹਨਾਂ ਡਾਂਸ ਵਾਇਰਲ ਹੋ ਰਿਹਾ ਅਤੇ ਲੋਕ ਲਗਾਤਾਰ ਉਸਨੂੰ ਪਸੰਦ ਕਰ ਰਹੇ ਆ। ਅਤੇ ਮਿੰਨੀ ਸਰਦਾਰ ਸਾਹਿਬ ਦੇ ਅੱਜ ਅਸੀਂ ਘਰ ਪਹੁੰਚੇ ਸੀ, ਬੱਚੇ ਦੀਆਂ ਗੱਲਾਂ ਤੁਸੀਂ ਸੁਣ ਹੀ ਲੈਣੀਆਂ, ਕਹਿੰਦੇ ਸਭ ਤੋਂ ਵੱਡੀ ਟਰਾਫੀ ਜਿਹੜੀ ਆ ਮੈਂ ਲੈ ਕੇ ਆਉਣੀ ਆ ਅਤੇ ਮੰਮੀ ਪਾਪਾ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਨਾ। ਸੋ ਸਲਾਮ ਉਹਨਾਂ ਮਾਤਾ ਪਿਤਾ ਨੂੰ, ਸਲਾਮ ਇਹੋ ਜਿਹੇ ਬੱਚਿਆਂ ਨੂੰ ਜਿਹਨਾਂ ਦੀ ਸੋਚ ਇੰਨੀ ਵਧੀਆ, ਅਤੇ ਉਹਨਾਂ ਮਾਤਾ ਪਿਤਾ ਨੂੰ ਵੀ ਸਲਾਮ ਆ ਜਿਹਨਾਂ ਨੇ ਬੱਚਿਆਂ ਦੇ ਅੰਦਰ ਇੰਨੀ ਕਾਬਲੀਅਤ ਭਰੀ ਹੈ। ਅਤੇ ਮਿੰਨੀ ਸਰਦਾਰ ਸਾਹਿਬ ਸੀਗੇ ਇਹ, ਉਹਨਾਂ ਦੇ ਮੰਮੀ ਡੈਡੀ ਦੇ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਪੇਰੈਂਟਸ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਛੋਟੇ ਸਰਦਾਰ ਸਾਹਿਬ ਦੇ ਡੈਡੀ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸੋ ਤੁਹਾਡਾ ਬੱਚਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਡਾਂਸ ਕਰਦੇ ਹੋਏ, ਅਤੇ ਕੀ ਕਹੋਗੇ? ਵੀਰ ਜੀ, ਪਹਿਲੀ ਗੱਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਬੱਚੇ ਨੂੰ ਸਪੋਰਟ ਕਰ ਰਹੇ, ਬੱਚੇ ਦੇ ਰੀਅਲ ਟੈਲੈਂਟ ਨੂੰ ਸਪੋਰਟ ਕਰ ਰਹੇ, ਅਤੇ ਇਹਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ। ਮਤਲਬ ਕਿੱਦਾਂ ਲੱਗਦਾ ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡਾ ਬੱਚਾ ਮੰਨ ਲਓ ਇਹ ਡਾਂਸ ਕਰਦਾ, ਕੰਪੀਟੀਸ਼ਨ ਤੁਸੀਂ ਲੈ ਕੇ ਜਾਂਦੇ ਹੋ, ਜਦੋਂ ਇਹ ਡਾਂਸ ਕਰਦਾ ਇਹਨੂੰ ਦੇਖ ਕੇ ਕਿਵੇਂ ਦਾ ਮਹਿਸੂਸ ਹੁੰਦਾ? ਵੀਰ ਜੀ, ਸੱਚ ਪੁੱਛੀਏ ਤਾਂ ਪਹਿਲਾਂ ਮੈਂ ਇਸ ਡਾਂਸਿੰਗ ਲਾਈਨ ਦੇ ਖਿਲਾਫ ਸੀਗਾ, ਬਟ ਬੱਚੇ ਦਾ ਮਿਹਨਤ ਦੇਖ ਕੇ, ਬੱਚੇ ਦਾ ਗਰੂਪ, ਬੱਚੇ ਦਾ ਟੈਲੈਂਟ ਦੇਖ ਕੇ ਮੈਂ ਇਹਦੀ ਮਿਹਨਤ ਦੇਖ ਕੇ ਇਹਦੇ ਨਾਲ ਆਪ ਤੁਰਨ ਨੂੰ ਮਜਬੂਰ ਹੋ ਗਿਆ, ਅਤੇ ਅੱਜ ਦੀ ਡੇਟ ਮੇਰੀ ਫੁੱਲ ਸਪੋਰਟ ਰਹਿੰਦੀ ਹੈ, ਅਤੇ ਬੱਚਾ ਜਿੱਥੇ ਵੀ ਜਾਂਦਾ ਜਿੰਨਾ ਵੀ ਟਾਈਮ ਸਪੈਂਡ ਇਹਦੇ ਵਾਸਤੇ ਕਰਨਾ ਪੈਂਦਾ ਉਹ ਮੈਂ ਇਹਦੇ ਲਈ ਟਾਈਮ ਦਿੰਦਾ ਵਾਂ। ਅਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਵੱਡੇ ਵੱਡੇ ਟਰੋਫੀ, ਵੱਡੇ ਵੱਡੇ ਕੰਪੀਟੀਸ਼ਨ ਜਿੱਤ ਕੇ ਆਉਂਦਾ ਹੈ, ਅਤੇ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ, ਇਹਦੇ ਟੀਚਰਸ ਅਤੇ ਮੱਲੇ ਵਾਲੇ ਸਾਰੇ ਜਿੰਨੇ ਵੀ ਹੈਗੇ ਸਾਰੇ ਖੁਸ਼ ਹੁੰਦੇ, ਸਾਰੇ ਪਰਿਵਾਰ ਖੁਸ਼ ਹੁੰਦਾ ਜੀ। ਸੋ ਇਹਨਾਂ ਦੇ ਮਦਰ ਵੀ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਡਮ ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡੇ ਬੱਚੇ ਦੀ ਅੱਜ ਪੂਰੀ ਦੁਨੀਆਂ ਦੇ ਵਿੱਚ ਚਰਚਾ ਹੋ ਰਹੀ ਹੈ, ਡਾਂਸ ਬੜਾ ਲੋਕ ਜਿਹੜਾ ਪਸੰਦ ਕਰ ਰਹੇ ਆ, ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਸਾਡਾ ਜਿਹੜਾ ਬੱਚਾ ਇਹਦਾ ਮਨ ਜਿਹੜਾ ਡਾਂਸ ਵੱਲ ਹੈ? ਜੀ, ਇਹ ਬਚਪਨ ਤੋਂ ਹੀ ਜਿਵੇਂ ਕਿ 2-3 ਸਾਲ ਦਾ ਸੀ, ਇਹਦੇ ਐਕਸਪ੍ਰੈਸ਼ਨ ਮੂਵਮੈਂਟਸ ਦੇਖ ਕੇ ਨਾ ਵੀ ਪਤਾ ਲੱਗਦਾ ਸੀ ਵੀ ਇਹ ਅੱਗੋਂ ਡਾਂਸਰ ਹੀ ਬਣੇਗਾ, ਇਹਦੇ ਮੂਵਮੈਂਟ ਅੱਛੇ ਸੀ, ਯਾਨੀ ਕਿ ਡਾਂਸ ਅੱਛਾ ਕਰਦਾ ਸੀ। ਕਿੰਨੀ ਉਮਰ ਹੈ ਜੀ ਬੱਚੇ ਦੀ? ਇਹਦੇ 8 ਸਾਲ ਦਾ ਜੀ। 8 ਸਾਲ ਦੀ ਉਮਰ ਦੇ ਵਿੱਚ ਹੁਣ ਜਦੋਂ ਇਹਦੀ ਵੀਡੀਓ ਵਾਇਰਲ ਹੁੰਦੀ ਹੈ, ਕਮੈਂਟ ਤੁਸੀਂ ਚੈੱਕ ਕਰਦੇ ਹੁੰਦੇ ਹੋ, ਜੋ ਲੋਕ ਇੰਨਾ ਪਿਆਰ ਕਰਦੇ ਆ, ਫਿਰ ਕਿਵੇਂ ਦਾ ਮਹਿਸੂਸ ਹੁੰਦਾ? ਬਹੁਤ ਪ੍ਰਾਊਡ ਜੀ, ਬਹੁਤ ਅੱਛਾ ਲੱਗਦਾ ਵੀ ਕੋਈ ਬੱਚਾ ਸਾਡਾ ਵੀ ਬਹੁਤ ਇੰਨਾ ਅੱਗੇ ਜਾ ਰਿਹਾ, ਬਹੁਤ ਅੱਛਾ ਲੱਗਦਾ। ਸਾਥ ਦੀ ਗੱਲ ਕਰਕੇ, ਬੱਚੇ ਦੀ ਤਿਆਰੀ ਮੰਨ ਲਓ ਕਿੱਦਾਂ ਕਰਵਾਈ ਜਾਂਦੀ ਹੈ ਜਦੋਂ ਬੱਚਾ ਕੰਪੀਟੀਸ਼ਨ 'ਤੇ ਜਾਂਦਾ ਹੈ? ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਹੱਥ ਦੇ ਵਿੱਚ ਟਰੋਫੀ ਫੜ ਕੇ ਲੈ ਕੇ ਆਉਂਦਾ? ਮੈਂ ਟਰੋਫੀਆਂ ਸਾਰੀਆਂ ਦੇਖੀਆਂ ਨੇ ਕਿ ਫਸਟ ਵਿਨਿੰਗ ਹੀ ਨੇ ਸਾਰੀਆਂ, ਮੰਨ ਲਓ ਪਹਿਲੇ ਜਦੋਂ ਪੋਜੀਸ਼ਨ 'ਤੇ ਬੱਚਾ ਆਉਂਦਾ ਤਾਂ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ? ਬਹੁਤ ਜੀ, ਬਹੁਤ ਪ੍ਰਾਊਡ ਮਹਿਸੂਸ ਹੁੰਦਾ ਕਿ ਬੱਚਾ ਆਪਣੇ ਪੇਰੈਂਟਸ ਦੇ ਨਾਲ ਵੱਧ ਕੇ ਅੱਗੇ ਵੀ ਵੱਧ ਰਿਹਾ ਆਪਣੇ ਪੇਰੈਂਟਸ ਤੋਂ, ਹੋਰ ਇਸ ਤੋਂ ਵੱਧ ਕੇ ਹੋਰ ਕੀ ਖੁਸ਼ੀ ਹੋ ਸਕਦੀ ਹੈ ਕਿ ਆਪਣਾ ਬੱਚਾ ਆਪਣੇ ਤੋਂ ਅੱਗੇ ਜਾਵੇ। ਜਦੋਂ ਬੱਚਾ ਕੰਪੀਟੀਸ਼ਨ ਦੇ ਲਈ ਜਾਂਦਾ ਤਾਂ ਉਹਨੂੰ ਕਿਸ ਤਰ੍ਹਾਂ ਤੁਸੀਂ ਤਿਆਰ ਕਰਦੇ ਹੋ? ਸਾਨੂੰ ਪ੍ਰਾਊਡ ਮਹਿਸੂਸ ਹੁੰਦਾ ਕਿ ਸਾਡਾ ਬੱਚਾ ਵੀ ਬਹੁਤ ਅੱਛਾ ਵੀ ਡਾਂਸ ਕਰਦਾ, ਵੀ ਸਾਨੂੰ ਇਹ ਅੰਦਰੋਂ ਹੀ ਵੀ ਪਤਾ ਲੱਗ ਜਾਂਦਾ ਕਿ ਸਾਡਾ ਬੱਚਾ ਅੱਜ ਜ਼ਰੂਰ ਟਰੋਫੀ ਲੈ ਕੇ ਆਏਗਾ, ਵੀ ਬਹੁਤ ਕਾਫੀ ਅੱਛਾ ਮਹਿਸੂਸ ਹੁੰਦਾ। ਸੋ ਇਹ ਛੋਟੇ ਡਾਂਸ ਮਾਸਟਰ ਦੇ ਅੱਗੇ ਹੋਰ ਵੀ ਮਾਸਟਰ ਨੇ, ਉਸਤਾਦ, ਇਹਨਾਂ ਦੇ ਗੱਲਬਾਤ ਉਹਨਾਂ ਨਾਲ ਕਰਾਂ, ਕੀ ਹਾਲ ਚਾਲ ਨੇ? ਵਧੀਆ ਸਰ, ਠੀਕ ਠੀਕ। ਸੋ ਅੱਜ ਬੜੇ ਚਰਚੇ ਹੋ ਰਹੇ ਆ ਬੱਚੇ ਦੇ, ਧੁੰਮਾਂ ਪਾਈਆਂ ਹੋਈਆਂ, ਛਾਏ ਹੋਏ ਨੇ ਪੂਰੇ, ਉਸਤਾਦ ਹੋ, ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ? ਬਹੁਤ ਪ੍ਰਾਊਡ ਫੀਲ ਹੋ ਰਿਹਾ ਮੈਨੂੰ ਦੇਖ ਕੇ ਕਿ ਮੇਰਾ ਸਟੂਡੈਂਟ ਇੰਨਾ ਅੱਗੇ ਜਾ ਰਿਹਾ। ਬਾਕੀ ਬਾਬਾ ਜੀ ਦੀ ਮਿਹਰ ਆ, ਮਿਹਨਤ ਬਹੁਤ ਕਰਦਾ ਮੁੰਡਾ, ਇਹ ਵੀ ਅਸੀਂ ਵੀ ਕਰਦੇ ਪਏ, ਮਿਹਨਤ ਉਹਦੇ ਪੇਰੈਂਟਸ ਕਰਦੇ ਪਏ, ਮਿਹਨਤ ਸਾਰੇ ਕਰਦੇ ਪਏ ਆ, ਅਤੇ ਵਧੀਆ ਗਰੋ ਕਰ ਰਿਹਾ, ਰੱਬ ਤਰੱਕੀ ਰੱਬੇ ਉਹਨੂੰ। ਜਦੋਂ ਤੁਸੀਂ ਇਹਨੂੰ ਮਿਹਨਤ ਕਰਵਾਉਂਦੇ ਹੋ, ਤੁਸੀਂ ਇਹਦੀ ਤਿਆਰੀ ਕਰਵਾਉਂਦੇ ਹੋ, ਕਿੰਨਾ ਕੁ ਤੁਹਾਨੂੰ ਮੁਸ਼ਕਲ ਹੁੰਦਾ ਇਹਦੇ ਲਈ, ਕਿਉਂਕਿ ਸਟੈਪ ਜਿਹੜੇ ਹਿਸਾਬ ਨਾਲ ਇਹਦੇ ਫੇਸ ਐਕਸਪ੍ਰੈਕਸ਼ਨ ਹੈਗੇ ਆ, ਮਤਲਬ ਜਿੱਦਾਂ ਇਹ ਫੇਸ ਰਿਐਕਟ ਕਰਦਾ, ਮਤਲਬ ਉਹ ਕਿੰਨਾ ਕੁ ਡਿਫੀਕਲਟ ਹੁੰਦੀਆਂ ਚੀਜ਼ਾਂ? ਡਿਫੀਕਲਟ ਤਾਂ ਬਹੁਤ ਹੁੰਦੀ ਆ, ਹੁਣ ਮੈਂ ਇਹਨੂੰ ਬਹੁਤ ਕੁਛ ਮਤਲਬ ਡਾਂਸ 'ਚ ਕਰਵਾਉਂਦਾ ਵਾਂ, ਅਤੇ ਕਈ ਵਾਰ ਤਾਂ ਰੋਂਦਾ ਵੀ ਬਹੁਤ ਆ ਕਿ ਹਾਂ ਮੇਰੇ ਸਰ ਆਹ ਪੇਨ ਹੋ ਰਹੀ ਆ, ਬਟ ਫਿਰ ਵੀ ਹਿੰਮਤ ਕਰਕੇ ਕਰਦਾ ਵਾ, ਤਾਂ ਕਰਕੇ ਮਤਲਬ ਮੇਰਾ ਵੀ ਖੁਦ ਦਾ ਦਿਲ ਕਰਦਾ ਕਿ ਮੈਂ ਇਹਨੂੰ ਹੋਰ ਪੁਸ਼ ਕਰਾਂ, ਇਹ ਵੀ ਆਪਣੇ ਨੂੰ ਬਹੁਤ ਪੁਸ਼ ਕਰਦਾ ਵਾ, ਤਾਂ ਕਰਕੇ ਅਗਲਾ ਪਹੁੰਚਿਆ ਇੱਥੇ ਤੱਕ। ਹੋਰ ਵੀ ਤੁਹਾਡੇ ਕੋਲ ਬਹੁਤ ਸਾਰੇ ਸਟੂਡੈਂਟ ਹੋਣਗੇ, ਇਹਦੇ 'ਚ ਖਾਸ ਗੱਲਬਾਤ ਕੀ ਹੈ? ਡਿਫਰੈਂਟ ਹੈ ਜੀ, ਤਾਂ ਸਭ ਤੋਂ ਡਿਫਰੈਂਟ ਮੇਰੇ ਲਈ, ਬਹੁਤ ਵਧੀਆ ਕਰਦੇ ਵਾ। ਉਮੀਦ ਕੀ ਹੈ ਤੁਹਾਨੂੰ, ਕਿਉਂਕਿ ਤੁਸੀਂ ਉਸਤਾਦ ਹੋ, ਗੁਰੂ ਹੋ, ਅਤੇ ਮਾਤਾ ਪਿਤਾ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਗੁਰੂ ਦਾ ਦਰਜਾ ਹੁੰਦਾ, ਗੁਰੂ ਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਕੁ ਉਮੀਦਾਂ ਨੇ ਇਸ ਬੱਚੇ? ਬਹੁਤ ਉਮੀਦਾਂ ਨੇ ਮੈਨੂੰ, ਹੁਣ ਮੇਰੀ ਵੀ ਇਹੀ ਕੋਸ਼ਿਸ਼ ਆ ਕਿ ਮੈਨੂੰ ਅੱਗੇ ਤੋਂ ਅੱਗੇ ਲੈ ਕੇ ਜਾਵਾਂ, ਅਤੇ ਕਾਫੀ ਰਿਐਲਿਟੀ ਸ਼ੋਅ ਕਰਨ ਦੀ ਵੀ ਮੇਰੀ ਮਤਲਬ ਪਲੈਨਿੰਗ ਹੋ ਰਹੀ ਕਿ ਅੱਗੇ ਲੈ ਕੇ ਜਾਵਾਂ।
बट जिस तरीके की मेहनत करता मैं देखता मैं तो मेरा दिल करता नहीं यार इन्हू एक घंटा होर कराव मैं तो यह करता भी उदा बट बहुत मेहनत करता मुंडा मतलब मज़ा आता देख के मेरा खुद का दिल करता कि मैं ज़्यादा तो ज़्यादा करवाव ये है जी मिनी सरदार साहब जिन्हें अज चर्चे है पूरे सोशल मीडिया से छाए हुए ने धुम्मा पूरिया पाइया हुई ने राजवीर सिंह मेरे नाल मौजूद ने राजवीर जी की मैसेज की देना चाहोगे होर सुपना की अगे मेरा पहले से डॉक्टर बनने का जो मेरे दिमाग च कुछ आया ना पता नहीं की आ गया फिर मैं डांसर बनने का शौक आ गया हुण डांसर बनना पक्का हाँ जी सो गल्लां भी बड़ियां प्यारियां ने छोटे सरदार साहब दियां डांस का बड़ा प्यारा है ही है तुसीं भी कमेंट बॉक्सा दे विच इस बच्चे नूं आशीर्वाद दिओ तां जो तुहाडे दुआवां सदका आउण वाली जिंदगी दे विच कामयाब जिहड़ा इंसान है बन सके तुसीं नाल जुड़े हो दस सिटी हेडलाइंस देख रहे हो मैं तुहाडा दोस्त गगन समाध नाल कैमरामैन प्रिंस कुमार।